और लाइव का मतलब तमाशा नहीं। खबर का मतलब है एक भरोसा, और आपका भरोसा हमारी जिम्मेदारी। कौन लोग ने कितो फड़े ने ते अज बठिंडा पुलिस नु नशा तस्करां दे खिलाफ एक वड्डी कामयाबी मिली है। सीए स्टाफ 2 बठिंडा वल्लों अज एएसआई जरनैल सिंह ते एएसआई गुरसेव सिंह ਇਹ ਦੋ ਜਿਹੜੇ ਇਹ ਥਾਣੇਦਾਰਾਂ ਨੇ ਫੂਸ ਮੰਡੀ ਦੇ ਕੋਲ ਫਾਟਕਾਂ ਦੇ ਕੋਲੋਂ ਇੱਕ ਦੋ ਬੰਦਿਆਂ ਨੂੰ ਕਾਬੂ ਕੀਤਾ ਹੈ ਅਤੇ ਕਾਬੂ ਕਰਕੇ ਉਹਨਾਂ ਤੋਂ 500 ਗ੍ਰਾਮ ਹੈਰੋਇਨ, 3,30,000 ਰੁਪਈਆ ਡਰੱਗ ਮਨੀ ਅਤੇ ਇੱਕ ਨਜਾਇਜ਼ ਅਸਲਾ ਪੱਤੀਪੁਰ ਦਾ ਸਮੇਤ 2 ਕਾਰਤੂਸ ਬਰਾਮਦ ਕੀਤਾ। ਉਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ। ਦੋਸ਼ੀਆਂ ਦੇ ਨਾਂ ਹੈਗੇ ਆ ਸੁਰਜੀਤ ਸਿੰਘ ਹੈ, ਇਹ ਤੁੰਗਲੀ ਪਿੰਡ ਤੋਂ ਹੈ, ਅਤੇ ਇੱਕ ਕੁਲਵਿੰਦਰ ਸਿੰਘ ਹੈ, ਇਹ ਦਿਓਲ ਪਿੰਡ ਤੋਂ ਹੈ। ਬਾਕੀ ਹਾਲੇ ਮੁਕੱਦਮੇ ਦੀ ਇਨਵੈਸਟੀਗੇਸ਼ਨ ਜਾਰੀ ਹੈ। ਸ਼ਾਇਦ ਇਹਦੇ ਨਾਲ ਵਿੱਚ ਕੋਈ ਹੋਰ ਵੀ ਇਹਨਾਂ ਦੇ ਨਾਲ ਜਿਹੜੇ ਦੋਸ਼ੀ ਹੋਣਗੇ ਅਤੇ ਉਹਨਾਂ ਨੂੰ ਵੀ ਅਸੀਂ ਜਲਦ ਕਾਬੂ ਕਰਾਂਗੇ। ਸਰ ਪਹਿਲਾਂ ਵੀ ਕੋਈ ਮਾਮਲੇ ਦਰਜ ਨਹੀਂ ਇਹਨਾਂ ਦੇ ਉੱਤੇ? ਨਹੀਂ, ਇਹਦੇ ਬਾਰੇ ਹਾਲੇ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਅਤੇ ਇਹ ਕਿੱਥੋਂ ਲੈ ਕੇ ਆਏ ਨੇ, ਅੱਗੇ ਇਹਨਾਂ ਨੇ ਕਿੱਥੇ ਕਿੱਥੇ ਸਪਲਾਈ ਕਰਨਾ, ਲੇਕਿਨ ਇਹ ਕਾਫ਼ੀ ਵੱਡੀ ਰਿਕਵਰੀ ਕੀਤੀ ਹੈ ਅਤੇ ਇਹਨਾਂ ਸਾਡੇ ਪੁਲਿਸ ਦੇ CS2 ਦੀ ਬੜੀ ਵੱਡੀ ਪ੍ਰਾਪਤੀ ਹੈ। ਸਰ ਜਿਹੜੇ ਪੈਸੇ ਫੜੇ ਗਏ ਨੇ ਡਰੱਗ ਮਨੀ ਹੈ? ਹਾਂ, ਇਹ ਫਿਲਹਾਲ ਇਹੀ ਸਾਨੂੰ ਇਨਵੈਸਟੀਗੇਸ਼ਨ 'ਚ ਆਇਆ ਵੀ ਡਰੱਗ ਮਨੀ ਹੈ। ਕੁਛ ਸਮਾਨ ਇਹਨਾਂ ਨੇ ਸੇਲ ਕੀਤਾ ਹੋ ਸਕਦਾ ਅਤੇ ਜਾਂ ਅੱਗੇ ਇਹਨਾਂ ਨੇ ਹੋਰ ਸਪਲਾਈ ਕਰਨ ਵਾਸਤੇ ਮਾਲ ਲੈਣਾ ਹੋਊਗਾ, ਇਹਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਜਿਹੜਾ ਪਿਸਟਲ ਫੜਿਆ ਗਿਆ ਜੀ, ਇਹ ਨਜਾਇਜ਼ ਪਿਸਟਲ ਹੈ ਜੀ, ਪੱਤੀਪੁਰ ਹੈ, ਕੋਈ ਲਾਇਸੈਂਸੀ ਪਿਸਟਲ ਨਹੀਂ ਹੈ। ਇਹਦੇ ਬਾਰੇ ਵੀ ਅਸੀਂ 25 ਚੰਜਾਨਾੜ ਦਾ ਮੁਕੱਦਮਾ ਇਹਦੇ ਨਾਲ ਹੀ ਦਰਜ ਕੀਤਾ। ਕਿੰਨੀ ਕੁ ਏਜ ਦੇ ਲੋਕ ਨੇ ਜੀ? ਇਹ ਯੰਗ ਹੈ ਜੀ ਮੁੰਡੇ। ਹਰ ਲਾਈਵ ਕਾ ਮਤਲਬ ਤਮਾਸ਼ਾ ਨਹੀਂ, ਖਬਰ ਕਾ ਮਤਲਬ ਹੈ ਇੱਕ ਭਰੋਸਾ, ਔਰ ਆਪਕਾ ਭਰੋਸਾ ਹਮਾਰੀ ਜ਼ਿੰਮੇਦਾਰੀ ਹੈ।